ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਸਾਰੇ ਦੋਸਤਾਂ ਮਿੱਤਰਾਂ ਦਾ ਸਾਡੇ YouTube ਚੈਨਲ ਤੇ। ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਆ 50-75 AC ਕੈਬਨ ਦੀ ਵੀਡੀਓ ਫੁੱਲ ਰਿਵਿਊ। ਤੁਸੀਂ ਦੇਖ ਸਕਦੇ ਹੋ ਇਸ ਦੀ ਸ਼ਾਨਦਾਰ ਲੁੱਕ 50-75 ਦੀ, ਤੇ ਵੀ ਕੰਪਨੀ ਨੇ ਪੂਰਾ ਤਗੜਾ ਟਰੈਕਟਰ ਬਣਾਇਆ ਇਸ ਵਾਰ ਤਾਂ ਜੀ। ਇਸ ਦਾ ਗਰਾਊਂਡ ਵਿਊ ਤੁਸੀਂ ਦੇਖੋ, ਇਸ ਦਾ ਗਰਾਊਂਡ ਵਿਊ ਕਿੰਨਾ ਸੋਹਣਾ ਟਰੈਕਟਰ ਹੈ ਜੀ ਇਹ। ਦੇਖੋ ਇਹਦਾ, ਬਾਕੀ ਗੱਲਾਂ ਦੀਆਂ ਗੱਲਾਂ ਤੁਸੀਂ ਇਹਦਾ ਸਲਾਂਸਰ ਦੇਖੋ ਇੱਕ ਵਾਰੀ। ਤੁਸੀਂ ਜਿਵੇਂ ਟੈਂਕ ਦਾ ਸਲਾਂਸਰ ਹੁੰਦਾ ਹੈ, ਇਸ ਤਰ੍ਹਾਂ ਦਾ ਇਹਦਾ ਸਲਾਂਸਰ ਆ। ਉਹਨੂੰ ਅੰਦਰ ਵੀ ਲੈ ਕੇ ਚੱਲਦੇ ਹਾਂ ਇਹਦੇ। ਦੇਖੋ ਇਹਦੇ ਅੰਦਰੋਂ, ਇਹ ਦੇਖੋ ਜੀ ਇਹਦਾ ਅੰਦਰੋਂ ਇੰਟੀਰੀਅਰ। ਡਿਸਟ੍ਰੀਬਿਊਟਰ ਲੀਵਰ ਜੀ, ਕਿਉਂ ਚਾਰ ਡਿਸਟ੍ਰੀਬਿਊਟਰ ਆਉਂਦੇ ਆ, ਤੇ ਇਹ ਇਹਦੀ ਲੈਫਟ ਵਾਲੇ ਲੀਵਰ ਹੋ ਗਏ ਦੋਨੇ ਜੀ। ਆਹਦੀ ਹੱਥ ਵਾਲੀ ਰੇਸ ਹੋ ਗਈ, ਇੱਥੋਂ ਕੰਮ ਕਰਦੀ ਆ। ਆਹਦੀਆਂ ਚਾਰ ਸਪੀਡਾਂ, ਜਿਵੇਂ ਅੱਗੇ 75 ਜਿਹੜੇ AC ਕੈਬਨ ਪੁਰਾਣੇ ਆਉਂਦੇ ਸੀ ਸੈਂਪਲ ਇੰਜਣ ਦੇ ਵਿੱਚ, ਉਹ 3 ਸਪੀਡ ਆਉਂਦੇ ਸੀਗੇ, ਹੁਣ ਇਹ 4 ਸਪੀਡ ਹੋ ਗਿਆ। ਇੱਧਰ ਵੀ ਉਵੇਂ ਹੀ ਹੈ ਜੀ, ਆਹ 4 ਸਪੀਡਾਂ ਹੋ ਗਈਆਂ। ਆਹ ਬਾਕੀ ਦੀਆਂ ਕੋਈ ਚੀਜ਼ਾਂ ਚੁੱਜ਼ਾਂ ਰੱਖਣ ਨੂੰ, ਆਹ ਜੇ ਤੁਸੀਂ ਸਟੂਡੀਓ ਲਾਉਣਾ ਚਾਹੁੰਦੇ ਹੋ ਇਹਦੇ 'ਚ ਤਾਂ ਉਹ ਵੀ ਲੱਗ ਸਕਦਾ। ਸਪੀਕਰਾਂ ਨੂੰ ਵੀ ਇੱਥੇ ਇਹਨਾਂ ਨੇ ਕੰਪਨੀ ਨੇ ਪੁਆਇੰਟ ਦਿੱਤਾ, ਆਹ ਐਮਰਜੈਂਸੀ ਲਾਈਟ ਵੀ ਆ, ਅਤੇ ਆਹਦਾ AC ਦਾ ਕੰਟਰੋਲ ਸਾਰਾ, ਅਤੇ ਆਹਦਾ ਆਹਦਾ ਇੱਕੋ ਮੋਡ ਹੋ ਗਿਆ ਜੀ, ਅਤੇ ਸਟੈਂਡਰਡ ਮੋਡ, ਆਹਦਾ ਹਾਰਨ, ਆਹ ਲਾਈਟਸ, ਅਤੇ ਆਹ ਦੂਜੀਆਂ ਮੇਨ ਲਾਈਟਸ, ਇੰਜੀਕੇਟਰ। ਇਹਦਾ ਕਲੱਚ ਵੀ ਬਹੁਤ ਆਰਾਮਦਾਰ ਹੈ। ਇਹਦੀ ਰੇਸ ਸਭ ਤੋਂ ਸੌਖੀ ਮੈਨੂੰ ਗੱਡੀ ਵਾਲੀ ਰੇਸ ਆਈ ਇਹਦੀ, ਮਾੜਾ ਜਿਹਾ ਪੁਸ਼ ਕਰੋ ਬਸ ਉੱਥੇ ਹੀ। ਅਤੇ ਖੁੱਲਦੀਆਂ ਸਾਰੀਆਂ ਵਿੰਡੋਆਂ, ਆਹਦਾ ਫਿਊਜ ਬੋਕਸ ਹੋ ਗਿਆ, ਇੱਥੇ ਇਹਦੇ ਫਿਊਜ ਆ ਜੀ, ਅਤੇ ਆਹ ਵਿੰਡੋ ਵੀ ਅੱਧੀ ਖੁੱਲ੍ਹ ਜਾਂਦੀ ਹੈ ਇਸ ਤਰ੍ਹਾਂ। ਆਹਦੇ ਜੀ ਜੇ ਆਪਣਾ ਮਨ ਹੈਗਾ ਤਾਂ ਖੁੱਲ੍ਹਣ ਦਾ, ਅਤੇ ਬਾਕੀ ਸਾਰੀਆਂ ਤਾਂ ਖੁੱਲ੍ਹਦੀਆਂ ਹੀ ਆ ਜੀ। ਇਹਦਾ PTO ਕਲੱਚ ਆ ਗਿਆ, ਆਹਦਾ ਦੂਜਾ ਡਬਲ PTO ਵਾਲਾ ਆਪਸ਼ਨ, ਆਹਦਾ ਫੂਲ ਵੀਲ ਹੋ ਗਿਆ ਜੀ, ਅਤੇ ਬਾਕੀ ਕੰਪਨੀ ਨੇ ਬਹੁਤ ਸੋਹਣਾ ਬਣਾਇਆ। ਆਹਦਾ ਸਪੀਡ ਚਾਰਟ ਹੋ ਗਿਆ, ਜਿਹਦੇ 'ਤੇ ਆਪਾਂ ਨੂੰ ਅਲੱਗ ਅਲੱਗ ਜਿਵੇਂ ਆਪਾਂ ਚਲਾਉਣਾ। ਵੈਸੇ ਕਹਿ ਦਈਏ ਤਾਂ ਟਰੈਕਟਰ ਅੰਦਰੋਂ ਕੋਈ ਮਹਿੰਗੀ ਗੱਡੀ ਕੋਈ ਲੱਗ ਰਿਹਾ ਇਸ ਟਾਈਮ ਵਿੱਚ ਬਹਿ ਕੇ ਟਰੈਕਟਰ ਦੇ, ਤਾਂ ਬਹੁਤ ਸ਼ਾਨਦਾਰ ਬਣਾਇਆ। ਤੁਹਾਨੂੰ ਇਹਦੇ ਮੀਟਰ ਦਿਖਾਵਾਂਗੇ ਜੀ, ਬਹੁਤ ਕੈਮ ਬਣਾਇਆ ਕੰਪਨੀ ਨੇ। ਦੇਖੋ ਜੀ ਇਹਦੇ ਮੀਟਰ, ਜੇ ਇਹਨੂੰ ਸਟਾਰਟ ਵੀ ਕਰਦੇ ਹਾਂ, ਦੇਖੋ ਜੀ ਥੋੜ੍ਹੀ ਜਿਹੀ ਰੇਸ ਜ਼ਿਆਦਾ ਕੀਤੀ ਹੋਈ ਸੀਗੀ। ਆਹ AC ਛੱਡਦੇ ਹਾਂ ਆਪਾਂ ਇੱਥੋਂ, ਆਹ AC ਚੱਲ ਪਿਆ ਜੀ। ਹੀਟ ਵੀ ਇਹਦੇ ਵਿੱਚ, ਜੇ ਹੀਟ ਚਲਾਉਣੀ ਆਪਾਂ ਸਿਆਲਾਂ ਦੇ ਵਿੱਚ, ਬਹੁਤ ਵਧੀਆ ਚੀਜ਼ ਹੈ ਜੀ। ਜਿਵੇਂ ਜਿਨ੍ਹਾਂ ਨੇ ਆਪਦੇ ਜਵਾਕ ਖੇਤੀ ਕਰਨ ਲਾਉਣੇ ਆ, ਤਕੜੇ ਘਰ ਆ ਤੁਹਾਡੇ ਕੋਲ ਪੈਲੀ ਦਾ ਚੰਗਾ ਸਰਦਾ ਵਰਦਾ, ਅਤੇ ਉਹ ਬੰਦਾ ਇਹਨੂੰ ਜ਼ਰੂਰ ਪਰਚੇਜ ਕਰੇ। ਦੂਜੀਆਂ ਪ੍ਰੀਤ ਪ੍ਰੂਤ ਨਾਲੋਂ ਤਾਂ ਇਹ ਬਹੁਤ ਉੱਪਰ ਕੁਆਲਿਟੀ ਆ, ਕਿਉਂਕਿ ਇਹ ਸਾਨੂੰ ਜਿੱਥੇ ਤੱਕ ਪੜ੍ਹਨ 'ਚ ਪਤਾ ਲੱਗਿਆ ਵੀ ਇਹ US ਅਸੈਂਬਲ ਹੋ ਕੇ ਆਉਂਦਾ ਸਾਰਾ ਇਹ ਕੈਬਨ, ਸਿਰਫ ਇੱਥੇ ਕੰਪਨੀ ਇੰਡੀਆ ਜਿਹਨੂੰ ਰੱਖਦੀ ਹੈ ਉੱਤੇ ਟਰੈਕਟਰ ਦੇ ਉੱਤੇ। ਜੇ ਤੁਸੀਂ ਦੇਖ ਸਕਦੇ ਹੋ ਹਰੇਕ ਜਗ੍ਹਾ 'ਤੇ ਇਹਦੇ ਜੌਨ ਡੀਅਰ ਦੇ ਲੋਗੋ ਆ। ਆਹ ਦੇਖੋ ਇੱਥੇ ਤੁਸੀਂ, ਆਹ ਦੇਖੋ ਇੱਥੇ ਵੀ ਹੋਣਗੇ ਕਿਤੇ, ਇਹ ਆਹ ਦੇਖੋ ਇੱਥੇ ਨੀਚੇ, ਇੱਧਰ ਵੀ ਹੈ ਜੀ। ਇਹ ਜਗ੍ਹਾ 'ਤੇ ਤੁਹਾਨੂੰ ਇਹ ਗਲਾਸ ਵੀ ਦੂਜਾ ਹੈ, ਇਹ ਅੰਦਰੋਂ ਬਾਹਰੋਂ ਖੜ ਕੇ ਪਣੂ, ਅੰਦਰ ਪੂਰਾ ਕਲੀਅਰ ਨਹੀਂ ਦੀਂਦਾ ਇਹਦੇ ਵਿੱਚ। ਇਸ ਐਵੇਂ ਦਾ ਕੰਪਨੀ ਨੇ ਗਲਾਸ ਯੂਜ਼ ਕੀਤਾ ਇਹਦੇ ਵਿੱਚ। ਹੋਰ ਹੁਣ ਤੁਹਾਨੂੰ ਬਾਹਰ ਲੈ ਚੱਲਦੇ ਹਾਂ, ਬਾਹਰ ਦਿਖਾਉਣੇ ਆ ਬਾਹਰੋਂ ਟਰੈਕਟਰ ਕਿਵੇਂ ਦਾ। ਮੈਂ ਬੰਦ ਕਰ ਦਈਏ, ਆਹ ਦੇਖੋ ਤੁਸੀਂ, ਆਹ ਤੁਹਾਨੂੰ ਇੰਜਣ ਦਿਖਾਉਂਦਾ, ਆਹ ਤੁਸੀਂ ਦੇਖੋ ਇਹਦਾ ਇੰਜਣ, ਏਅਰ ਫਿਲਟਰ ਵੀ ਬਹੁਤ ਵੱਡਾ ਲਾਇਆ ਇਹਨੂੰ ਕੰਪਨੀ ਨੇ। ਬਾਕੀ ਗੱਲ ਐਂ, ਤੁਸੀਂ ਆਹ ਸਲਾਂਸਰ, ਤੁਹਾਨੂੰ ਪਹਿਲਾਂ ਵੀ ਕਿਹਾ ਵੀ ਆਹ ਸਲਾਂਸਰ ਅੰਦਰੋਂ ਆਉਂਦਾ, ਅਤੇ ਆਹ ਦੇਖੋ ਤੁਸੀਂ ਜਗਾੜਮੈਂਟ ਸਲਾਂਸਰ ਦਾ,
ਆਹ ਦੇਖੋ ਇਹਦਾ ਕਿੰਨਾ ਕੁਛ ਲਾਇਆ ਕੰਪਨੀ ਨੇ ਏਸੀ ਕਰਕੇ ਇਹਨੂੰ ਜਗਾੜ। ਏ ਸੀ ਆਰ ਡੀ ਦੇ ਵਿੱਚ ਆ, ਐਚ ਪੀ ਸੀ ਆਰ ਟੈਕਨੋਲੋਜੀ ਦੇ ਵਿੱਚ ਆਹਦਾ ਏ ਸੀ ਪੰਪ ਹੋ ਗਿਆ ਜੀ। ਆਹ ਦੇਖੋ ਟਰੈਕਟਰ, ਇਹਨੂੰ ਜਾਲੀਆਂ ਵੀ ਦੋ ਦਿੱਤੀਆਂ ਕੰਪਨੀ ਨੇ ਸਾਫ਼ ਕਰਨ ਨੂੰ, ਇੱਥੇ ਵੀ ਅਤੇ ਇੱਥੇ। ਇਹ ਇੱਕ ਤਾਂ ਆਹ ਦੇ ਤੀ, ਇੱਕ ਆਹ ਦੇ ਤੀ ਜੀ। ਆਹਦਾ ਇੱਕ ਇਹ ਹੋਰ ਤੁਹਾਨੂੰ ਇਹਦੀ ਦੱਸਦਾ ਵੀ ਆਹ ਕੰਪਨੀ ਦੇ ਫੋਰਚੂਨਰ ਨੂੰ ਪੰਪ ਆਉਂਦੇ ਆ ਡੈਂਸੋ ਦੇ, ਤੁਸੀਂ ਚੈੱਕ ਕਰ ਸਕਦੇ ਹੋ ਫੋਰਚੂਨਰ ਗੱਡੀ ਨੂੰ ਕਿਹੜੀ ਕੰਪਨੀ ਦੇ ਪਾਰਟਸ ਪੰਪ ਆਉਂਦਾ ਵਾ। ਡੈਂਸੋ ਦਾ ਪੰਪ ਆਉਂਦਾ ਜੀ ਫੋਰਚੂਨਰ ਨੂੰ, ਤੁਸੀਂ ਦੇਖ ਸਕਦੇ ਹੋ। ਸੋ ਇਹ ਬਹੁਤ ਤਕੜੀ ਜੇ ਡੈਂਸੋ ਯੂ ਐੱਸ ਏ ਦੀ ਕੰਪਨੀ ਹੈ ਜਿੱਥੋਂ ਇਹਨਾਂ ਨੇ ਲਿਆ ਬਸ ਇਹਦਾ ਪੰਪ 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 ਤਾਂ ਚਲੋ ਹੈ ਨਹੀਂ, ਇਹ ਮੋਟਰ ਹੈ ਇੱਕ ਕਿਸਮ ਦੀ ਡੈਂਸੋ ਦੀ। ਆਹ ਦੇਖ ਲਓ ਇੱਥੇ ਵੀ ਤੁਸੀਂ ਮਾਰ ਕੇ ਦੇਖੋ ਡੈਂਸੋ ਦੇ, ਅਤੇ ਵੀ ਬਹੁਤ ਤਕੜੀ ਚੀਜ਼ ਬਣਾਈ ਆ ਕੰਪਨੀ ਨੇ ਇਹ ਸੀ ਆਰ ਡੀ ਦੇ ਵਿੱਚ। ਤੁਸੀਂ ਵੀ ਆਪਦੇ ਜਿੱਥੇ ਤੁਹਾਡੇ ਨੇੜੇ ਤੇੜੇ ਸ਼ੋਰੂਮ ਆ ਤੁਸੀਂ ਵੀ ਉੱਥੇ ਜਾ ਕੇ ਜ਼ਰੂਰ ਇੱਕ ਵਾਰੀ ਵਿਜ਼ਿਟ ਕਰੋ ਅਤੇ ਇਹ ਟਰੈਕਟਰ ਜ਼ਰੂਰ ਦੇਖੋ, ਇਹ ਟਰੈਕਟਰ ਇੱਕ ਵਾਰੀ ਜਾ ਕੇ ਚਲਾਉਣ ਦੀ ਤੁਸੀਂ ਪਰਚੇਜ਼ ਕਰਨਾ ਸੋਚ ਰਹੇ ਹੋ ਜਾਂ ਕਰਨਾ, ਤੁਸੀਂ ਇੱਕ ਵਾਰੀ ਸ਼ੋਰੂਮ ਜਾ ਕੇ ਇਹ ਟਰੈਕਟਰ ਖੜ੍ਹਾ ਹੀ ਦੇਖ ਕੇ ਆਇਓ, ਵੀ ਤੁਹਾਨੂੰ ਆਪ ਦਿਲ ਤੁਹਾਡਾ ਦੇਖ ਕੇ ਕਰਨ ਲੱਗ ਜੂਗਾ ਵੀ ਅਸੀਂ ਇਹ ਟਰੈਕਟਰ ਲੈਣਾ ਹੀ ਲੈਣਾ ਵਾ। ਇਹਦਾ ਸ਼ੀਸ਼ੇ ਸਾਫ਼ ਕਰਨ ਨੂੰ, ਪਾਣੀ ਪਾਉਣ ਨੂੰ ਜੀ, ਇਹਨੂੰ ਚਾਰ ਡਿਸਟੀਬਿਊਟਰ ਆ ਗਏ। ਆਹਦੀਆਂ ਲਿੰਕਾਂ ਦੇਖੋ ਜੀ, ਆਹ ਪੀ ਟੀ ਓ ਹੋ ਗਈ ਇਹਦੀ, ਅਤੇ ਆਹ ਨੰਬਰ ਪਲੇਟ ਲਾਉਣ ਨੂੰ, ਅਤੇ ਆਹ ਲਾਈਟਾਂ ਉੱਪਰ ਲੱਗੀਆਂ ਹੋਈਆਂ ਜੀ। ਵੀ ਬਹੁਤ ਸ਼ਾਨਦਾਰ ਲੁੱਕ ਆ ਇਹ ਟਰੈਕਟਰ ਦੀ, ਜੇ ਤੁਸੀਂ ਇੱਕ ਵਾਰੀ ਦੇਖਣ ਹੀ ਲੱਗ ਗਏ, ਜੇ ਤੁਹਾਡੇ ਕੋਲ ਤੁਸੀਂ ਸੋਚ ਰਹੇ ਹੋ ਵੀ ਤੁਸੀਂ ਇੰਡੀਆ 'ਚ ਵੀ ਸਭ ਤੋਂ ਵਧੀਆ ਗਾਂਟੇ ਤਾਂ ਜੌਂਡੀਅਰ ਏ ਸੀ ਕੈਬਨ ਲੈ ਕੇ ਆ ਸੀ, ਜੇ ਜੌਂਡੀਅਰ ਦੇ ਏ ਸੀ ਕੈਬਨ ਤੋਂ ਉੱਪਰ ਕੁਛ ਨਹੀਂ ਹੈਗਾ ਜੀ ਇਸ ਟਾਈਮ ਇੰਡੀਆ ਦੇ ਵਿੱਚ। ਸੋ ਅਤੇ ਤੁਸੀਂ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਜ਼ਰੂਰ ਸਾਨੂੰ ਦੱਸਿਓ, ਅਤੇ ਸਾਡਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ। ਬਾਏ, ਥੈਂਕ ਯੂ।